ਅਭਿਨੇਤਾ ਪ੍ਰਤਾਪ ਸਿੰਘ ਬਾਜਵਾ ਅਸਿੱਧੇ ਤੌਰ ਤੇ ਕੈਪਟਨ ਨੂੰ ਸ਼ਬਦੀ ਚਪੇੜਾ ਮਾਰਦੇ ਸੀ। ਹੁਣ ਤਾਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਆ ਕੇ ਕੈਪਟਨ ਤੇ ਜਾਖੜ ਨੂੰ ਸ਼ਬਦੀ ਚਪੇੜਾ ਮਾਰਿਆ। ਜੀ ਹਾਂ, ਪਹਿਲਾਂ ਦੇਖੋ ਕਿਵੇਂ ਗੁੱਸੇ 'ਚ ਅੱਗ ਬਬੂਲਾ ਹੋ ਕੇ ਬਾਜਵਾ ਨੇ ਜਾਖੜ ਨੂੰ ਖਰੀਆਂ ਖੋਟੀਆਂ ਸੁਣਾਈਆਂ। ਮੈਂ ਤੇ ਜਾਖੜ ਨੂੰ ਇਹ ਗੱਲ ਕਹਿਣਾ ਕਿ ਤੂੰ ਚੱਲ ਮੇਰੇ ਨਾਲ, ਸਾਨੂੰ ਤੇ ਸਾ ਸ਼ਮਸ਼ੇਰ ਸਿੰਘ ਦੁੱਲੋ ਨੂੰ ਨਾਲ ਲੈ ਕੇ ਚੱਲ। ਉਹ ਵੇਖਨੇ ਆ ਕਿ ਬੀਬੀ ਸੋਨੀਆ ਗਾਂਧੀ ਤੈਨੂੰ ਘਰੋਂ ਕੱਢਦੀ ਕਿ ਸਾਨੂੰ ਕੱਢਦੀ, ਜੋ ਕੱਢਣ ਵਾਲੇ ਕੌਣ ਨੇ, ਇਹਨਾਂ ਦੀ ਕੀ ਤਾਕਤ ਹੈ। ਇਸ ਤੋਂ ਬਾਅਦ ਬਾਜਵਾ ਸਾਹਿਬ ਨੇ ਕੈਪਟਨ ਖਿਲਾਫ ਤੋਪਾਂ ਬੀੜ ਲਈਆਂ ਤੇ ਸਿੱਧੇ ਤੌਰ ਤੇ ਕਿਹਾ ਕਿ ਮੇਰੇ ਰੌਲਾ ਰੱਪਾ ਪਾਉਣ ਤੋਂ ਬਾਅਦ ਕੁੰਭਕਰਨ 5 ਮਹੀਨੇ ਬਾਅਦ ਆਪਣੇ ਘਰੋਂ ਨਿਕਲਿਆ, 5 ਮਹੀਨੇ ਬਾਅਦ ਤਰਨਤਾਰਨ ਗਿਆ। ਬਾਜਵਾ ਨੇ ਕੈਪਟਨ ਨੂੰ ਕੁੰਭਕਰਨ ਕਿਹਾ ਅਤੇ ਜਾਖੜ ਨੂੰ ਸ਼ਕੁਨੀ ਮਾਮਾ ਕਿਹਾ। ਬਾਜਵਾ ਸਾਹਿਬ ਨੇ ਕੈਪਟਨ ਨੂੰ ਖਰੀਆਂ ਖੋਟੀਆਂ ਇਸ ਲਈ ਸੁਣਾਈਆਂ ਕਿਉਂਕਿ ਕੈਪਟਨ ਨੇ ਮੀਡੀਆ ਨੂੰ ਕਿਹਾ ਸੀ ਕਿ ਉਹਨਾਂ ਨੂੰ ਬਾਜਵਾ ਵੱਲੋਂ ਅਤੇ ਦੁੱਲੋ ਦੀਆਂ ਲਿਖੀਆਂ ਚਿੱਠੀਆਂ ਨਹੀਂ ਮਿਲੀਆਂ, ਜਿਸ ਤੋਂ ਬਾਅਦ ਬਾਜਵਾ ਦਾ ਗੁੱਸਾ ਸੱਤਵੇਂ ਆਸਮਾਨ ਤੇ ਹੈ। ਇਸ ਮੌਕੇ ਬਾਜਵਾ ਨੇ ਕੈਪਟਨ ਤੇ ਜਾਖੜ ਨੂੰ ਮੂੰਹ ਤੋੜ ਜਵਾਬ ਦਿੱਤੇ। ਇਹ ਜਿਹੜਾ ਮੇਰੀ ਗੱਲ ਸੁਣੋ, ਮੈਂ ਅੱਜ ਇਹ ਰੌਲਾ ਰੱਪਾ ਪਾਇਆ ਤੇ ਕੁੰਭਕਰਨ 5 ਮਹੀਨਿਆਂ ਬਾਅਦ ਆਪਣੇ ਘਰੋਂ ਨਿਕਲਿਆ, 5 ਮਹੀਨਿਆਂ ਬਾਅਦ ਤਰਨ ਤਾਰਨ ਗਿਆ, ਮਾਰਚ ਦਾ ਘਰ 'ਚ ਵੜਿਆ ਸੀ, ਅੱਜ 5ਵੇਂ ਮਹੀਨੇ ਬਾਹਰ ਆਇਆ। ਅਤੇ ਆਹ ਜਿਹੜਾ ਸ਼ੁਗਣੀ ਮਾਮਾ ਇਹਦੇ ਨਾਲ ਆ, ਜਿਹੜਾ ਸੁਨੀਲ ਜਾਖੜ ਜਿਹਨੂੰ ਕਹਿੰਦੇ ਸ਼ੁਗਣੀ ਮਾਮੇ ਦੀ, ਜਿਹਦਾ ਕੰਮ ਹੀ ਇਹ ਹੈ। ਆਹ ਮੇਰੇ ਕੋਲ ਚਿੱਠੀ ਹੈ ਗੁਲਾਮ ਨਬੀ ਆਜ਼ਾਦ ਸਾਹਿਬ ਦੀ, 7 ਅਗਸਤ ਦੀ ਲਿਖੀ ਹੋਮ ਮਿਨਿਸਟਰ ਨੂੰ। ਆਹ ਚਿੱਠੀ ਸਾਰੇ ਚੰਗੀ ਤਰ੍ਹਾਂ ਪੜ੍ਹ ਲਓ, ਤਰੀਕ ਪੜ੍ਹ ਲਓ, ਜਿਹਨੇ ਫੋਟੋ ਲੈਣੀ ਲੈ ਲਓ। ਇਹ ਗੁਲਾਮ ਨਬੀ ਆਜ਼ਾਦ ਸਾਡੇ ਲੀਡਰ, ਮੈਂ ਜਿਹੜੀ ਰਾਜ ਸਭਾ 'ਚ ਹਾਂ ਉਹਦੇ ਲੀਡਰ। ਇੱਕ ਮਿੰਟ ਯਾਰ ਗੱਲ ਸੁਣ, ਗੁਲਾਮ ਨਬੀ ਆਜ਼ਾਦ ਸਾਡੇ ਲੀਡਰ ਨੇ ਰਾਜ ਸਭਾ ਦੇ, ਉਹਨਾਂ ਨੇ ਆਹ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਦਾ ਪਰਿਵਾਰ ਜਿਹੜਾ, ਇਹਨਾਂ ਨੇ ਸ਼ਹਾਦਤ ਪਾਈ, ਕੁਰਬਾਨੀਆਂ ਦਿੱਤੀਆਂ। 2013 ਦੇ ਵਿੱਚ ਜਦੋਂ ਮੈਂ ਪ੍ਰਧਾਨ ਸੀ, ਮੈਨੂੰ ਜ਼ੈਡ ਸਿਕਿਉਰਿਟੀ ਦਿੱਤੀ ਗਈ ਸੀ। ਜਦੋਂ ਰਾਜਨਾਥ ਸਿੰਘ ਜੀ UPA ਇਹਨਾਂ ਦੀ, ਪਹਿਲੇ NDA ਦੀ ਪਹਿਲੀ ਗਵਰਨਮੈਂਟ ਆਈ, ਉਦੋਂ ਵੀ ਇਹ ਸਿਕਿਉਰਿਟੀ ਮੇਰੀ ਵਾਪਸ ਲੈ ਲਈ ਗਈ ਸੀ। ਉਦੋਂ ਵੀ ਗੁਲਾਮ ਨਬੀ ਆਜ਼ਾਦ ਨੇ ਅਤੇ ਆਨੰਦ ਸ਼ਰਮਾ ਜੀ ਨੇ ਰਾਜਨਾਥ ਸਿੰਘ ਨਾਲ ਗੱਲ ਕੀਤੀ ਅਤੇ ਇੱਕੋ ਦਿਨ 'ਚ ਵਾਪਸ ਕਰ ਦਿੱਤੀ ਗਈ। ਆਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੇਰੇ ਵੀਰ ਚੰਗੀ ਤਰ੍ਹਾਂ ਪੜ੍ਹ ਲੈਣ, ਇਹ ਅਸੀਂ ਕੋਈ ਸ਼ੌਕੀਆ ਸਿਕਿਉਰਿਟੀ ਨਹੀਂ ਰੱਖੀ, 4 ਸਿਪਾਹੀ ਨਹੀਂ ਨੇ, 40 ਦਿੱਤੇ ਉਹਨਾਂ ਨੇ। ਇਹ ਮੇਰੀ ਰਿਸਟੋਰ ਹੋਈ ਹੈ, ਇਹ ਰਿਸਟੋਰ ਹੋਈ ਹੈ ਅਤੇ ਕਿਹਦੇ ਕਹਿਣ 'ਤੇ ਹੋਈ ਹੈ? ਗੁਲਾਮ ਨਬੀ ਆਜ਼ਾਦ 'ਤੇ। ਆਹ ਚਿੱਠੀ ਹੈ ਗੁਲਾਮ ਨਬੀ ਆਜ਼ਾਦ ਦੀ, ਜਿਹੜਾ ਮਰਜ਼ੀ ਪੜ੍ਹ ਲਓ, ਅਤੇ ਮਾਰਚ ਦੀ ਹੋਈ ਹੈ। ਮੈਂ ਤੁਹਾਨੂੰ ਜਿਹੜੀ ਇੰਪੋਰਟੈਂਟ ਗੱਲ ਕਹਿਣਾ ਚਾਹੁੰਦਾ, ਮਾਰਚ ਦੀ ਸਿਕਿਉਰਿਟੀ ਮੈਨੂੰ ਰਿਵਾਈਵ ਕੀਤੀ ਹੈ। ਅਗਸਤ ਦੇ ਮਹੀਨੇ 'ਚ ਇਹਨਾਂ ਨੂੰ ਚੇਤੇ ਆਈ ਹੈ ਕਿ ਇਹਨਾਂ ਸਿਕਿਉਰਿਟੀ ਲੈ ਲਈ ਅਤੇ ਭਾਜਪਾ ਦੀ ਬਦਲ ਲੈ ਰਹੇ ਨੇ। 5 ਮਹੀਨਿਆਂ ਬਾਅਦ ਇਹਨਾਂ ਨੂੰ ਇਹ ਯਾਦ ਆਈ, ਇਹ ਉਦੋਂ ਯਾਦ ਆਈ ਹੈ ਜਦੋਂ ਮੈਂ ਅਤੇ ਸ਼ਮਸ਼ੇਰ ਸਿੰਘ ਦੁੱਲੋ ਪੰਜਾਬ ਦੇ ਲੋਕਾਂ ਦੀ ਗੱਲ, ਪੰਜਾਬ ਦੇ ਲੋਕਾਂ ਨੂੰ ਨਿਆਏ ਦਿਵਾਉਣ ਵਾਸਤੇ ਗਵਰਨਰ ਕੋਲ ਗਏ ਹਾਂ। ਇਹ ਕਦੋਂ ਗਏ ਹਾਂ? ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੋਂ ਹਫ਼ਤਾ ਪਹਿਲੇ ਪ੍ਰੈਸ ਨਾਲ ਗੱਲ ਕਰਦਿਆਂ ਗੱਲ ਕਹੀ ਕਿ ਪਹਿਲੀ ਗੱਲ ਤਾਂ ਸ਼ਮਸ਼ੇਰ ਸਿੰਘ ਦੁੱਲੋ ਅਤੇ ਪ੍ਰਤਾਪ ਸਿੰਘ ਬਾਜਵਾ ਦੀਆਂ ਮੈਨੂੰ ਚਿੱਠੀਆਂ ਹੀ ਨਹੀਂ ਮਿਲੀਆਂ, ਅਤੇ ਜੇ ਮਿਲੀਆਂ ਨੇ ਤਾਂ ਮੈਂ ਕਦੀ ਉਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ। ਅਤੇ ਜੇ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਆਪਣੇ ਰਾਜ ਸਭਾ ਦੇ ਮੈਂਬਰਾਂ ਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ, ਤਾਂ ਪੰਜਾਬ ਦਾ ਜਿਹੜਾ ਆਮ ਸਧਾਰਨ ਨਾਗਰਿਕ ਹੈ ਉਹ ਮੈਨੂੰ ਦੱਸੋ, ਤੁਹਾਨੂੰ ਚਿੱਠੀ ਪਾਏ ਅਤੇ ਚੀਫ ਮਿਨਿਸਟਰ ਦਾ ਤਾਂ ਫਰਜ਼ ਹੈ ਇੱਕ ਨਾਗਰਿਕ ਨੂੰ ਵੀ ਜਵਾਬ ਦੇਣਾ। ਜੇ ਰਾਜ ਸਭਾ ਦੇ ਮੈਂਬਰ ਨੂੰ ਤੁਸੀਂ, ਅਸੀਂ ਲੋਕਾਂ ਦੇ ਮੁੱਦੇ ਉਠਾਉਂਦੇ, ਪਿੱਛੇ ਮੈਂ ਕਿਸਾਨਾਂ ਦਾ ਮੁੱਦਾ ਉਠਾਇਆ, ਸਾਰਿਆਂ ਨੂੰ ਕਮਾਦ ਦੇ ਪੈਸੇ ਦਵਾਏ, ਆਹ ਚਿੱਠੀਆਂ ਦਾ ਪੁਲੰਦਾ, ਆਹ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ, ਉਹ ਬਿਆਨ ਕਿੱਥੇ ਯਾਰ? ਉਹ ਬਿਆਨ ਕੱਢੋ, ਬਿਆਨ ਫੜਾ ਇੱਕ ਮਿੰਟ। ਆਹ ਤਾਂ ਤੁਹਾਡੀ ਤਸੱਲੀ ਕਰਾਈ ਹੈ ਕਿ ਪ੍ਰਤਾਪ ਸਿੰਘ ਬਾਜਵਾ ਅਮਿਤ ਸ਼ਾਹ ਕੋਲ ਸਿਕਿਉਰਿਟੀ ਨਹੀਂ ਲਿਆਇਆ? ਇੱਕ ਮਿੰਟ, ਬਾਕੀ ਵੀ ਇੱਕ ਮਿੰਟ, ਇੱਕ ਮਿੰਟ, ਇੱਕ ਮਿੰਟ ਸੁਣੋ। ਔਨ ਬਾਜਵਾ ਦੁੱਲੋ ਕੈਪਟਨ ਨੇ ਕਿਹਾ, ਐਜ ਆਫ ਕੈਪਟਨ ਪ੍ਰਤਾਪ ਸਿੰਘ ਬਾਜਵਾ ਦੁੱਲੋ ਡਿਗਜ਼ ਐਟ CM ਗਵਰਨਮੈਂਟ, ਦਾ CM ਸੈਡ ਦੇ ਸ਼ੁਡ ਡੂ ਦੇਅਰ ਓਨ ਵਰਕ, ਵੀ ਨੋ ਹਾਊ ਟੂ ਮੈਨੇਜ ਦੀ ਸਟੇਟ, ਵੀ ਡੋਂਟ ਸੀ, ਵੀ ਡੋਂਟ ਸੀਕ ਬਾਜਵਾਜ ਐਡਵਾਈਸ, ਆਈ ਡੂ ਨੋਟ ਨੋ ਵੇਅਰ ਦਿਸ ਲੈਟਰਸ ਗੋ, ਆਈ ਹੈਵ ਨੋਟ ਰੈਡ ਐਨੀ, ਨਾਈਦਰ ਡੂ ਆਈ ਵਾਂਟ ਟੂ ਰਿਸਪੋਂਡ। ਅਤੇ ਮੈਨੂੰ ਦੱਸੋ ਫਿਰ ਅਸੀਂ ਆਪਣੀ ਗੱਲ, ਲੋਕਾਂ ਦੀ ਗੱਲ ਕਿਹਦੇ ਕੋਲ ਰੱਖੀ? ਸ਼ਕਨੀ ਮਾਮਾ ਹੁੰਦਾ ਜਿਹਨੇ ਮਹਾਂਭਾਰਤ ਦੇ ਵਿੱਚ ਭਰਾ ਨਾਲ ਭਰਾ ਲੜਾਏ, ਜੰਗ ਕਰਾਈ, ਨੁਕਸਾਨ ਕਰਵਾਇਆ। ਇਸ ਤਰ੍ਹਾਂ ਹੀ ਉਹਦਾ ਕੰਮ ਜਿਹੜਾ ਪ੍ਰਧਾਨ ਹੁੰਦਾ, ਪ੍ਰਧਾਨ ਦਾ ਕੰਮ ਹੁੰਦਾ ਪਾਰਟੀ ਨੂੰ ਇਕੱਠਿਆਂ ਰੱਖਣਾ। ਜੋ ਹਾਲ ਸੁਨੀਲ ਜਾਖੜ ਦਾ ਪਿਛਲੇ ਮਹੀਨਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ।
एक बार कैप्टन साहब न खुद मिलन गया सी ते कैप्टन की सिक्योरिटी के KSI ने इहदा मोबाइल बाहर रखवा लिया सी ते मीटिंग छड़ के आ गया सी। इहनू आप नहीं है ये छोटे छोटे सौदियां कर रहा। वेखो आ लिखी है इट इज़ कैप्टन अमरिंदर सिंह वर्सिज सुनील जाखड़ पार्टी वर्सिज गवर्नमेंट। आ फोटो है जदों सुनील जाखड़ नू दफ्तरों CM दे दफ्तरों कढ दिता गया सी ऐसे प्रधान नू। ये तरीक कड़ी है जे 13 अप्रैल 2018 नू सुनील जाखड़ नू कैप्टन अमरिंदर सिंह दे दफ्तर चो दी सिक्योरिटी वाले ने बाहर कढ़ता। तो जिहड़ा बंदा गोडे टेकन दे जिहदी रीढ़ दी हड्डी ना होए गोडे अपना भार ना चुक सकते हुण ਉਹ ਸਾਨੂੰ ਸਮਝਾਉਂਦਾ ਮੈਨੂੰ ਤੇ ਸ਼ਿਵਸ਼ੇਰ ਸਿੰਘ ਦੁੱਲੋ ਨੂੰ ਜਿਹੜੇ ਇਸ ਤੋਂ ਸੀਨੀਅਰ ਨੇ। ਪਰ ਇਹ ਸਾਰੀਆਂ ਗੱਲਾਂ ਉਹਨਾਂ ਨੇ ਉਦੋਂ ਕਹੀਆਂ ਜਦੋਂ ਬਟਾਲਾ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਗਏ ਸੀ। ਫੇਸ ਮਾਸਕ ਮੈਨੂਫੈਕਚਰਰ ਫੈਕਟਰੀ ਕਪੈਸਿਟੀ 500,000 ਮਾਸਕ ਪਰ ਡੇ 2 and 3 ply ਡਿਸਪੋਜ਼ੇਬਲ ਫੇਸ ਮਾਸਕ 3-ply disposable face mask with nose wire RN95 respirator face mask adjustable nose piece for ultimate comfort. For bulk order and more information www.risley.org.